ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਓਮ ਗਲੋਬਲ ਤੋਂ ਮਨੀਸ਼। ਹਮੇਸ਼ਾ ਤੁਹਾਡੇ ਨਾਲ ਇੱਕ ਸਕਸੈਸ ਸਟੋਰੀ ਸ਼ੇਅਰ ਕਰਦੇ ਆਏ, ਬਟ ਇਹ ਸਕਸੈਸ ਸਟੋਰੀ ਦੇ ਵਿੱਚ ਇੱਕ ਲੈਸਨ ਵੀ ਹੈ ਜੋ ਮੈਂ ਤੁਹਾਨੂੰ ਇਸ ਵੀਡੀਓ ਦੇ ਐਂਡ ਤੇ ਦੱਸੂਗਾ। ਬਟ ਅੱਜ ਸਾਡੇ ਨਾਲ ਇੱਕ ਐਪਲੀਕੈਂਟ ਹੈਗੇ ਸਿਮਰਨ ਜੀ, ਜਿਨ੍ਹਾਂ ਦਾ ਵੀਜ਼ਾ ਆਇਆ ਕੈਨੇਡਾ ਦਾ। ਪਹਿਲਾਂ ਉਹਨਾਂ ਨੂੰ ਵੀਜ਼ਾ ਹੈਂਡ ਓਵਰ ਕਰਦੇ ਹਾਂ। ਕੰਗ੍ਰੈਚੁਲੇਟ ਸਿਮਰਨ। ਸਿਮਰਨ, ਕੁਛ ਥੋੜ੍ਹਾ ਜਿਹਾ ਆਪਣੇ ਬਾਰੇ ਦੱਸੋ, ਤੁਹਾਡੀ ਓਮ ਗਲੋਬਲ ਆ ਜਰਨੀ ਕਿਵੇਂ ਰਹੀ? ਮੇਰਾ ਨਾਮ ਸਿਮਰਨਜੀਤ ਕੌਰ, ਮੈਂ ਚੌਂਡੀ ਤੋਂ ਬਿਲੋਂਗ ਕਰਦੀ ਹਾਂ। ਮੈਂ ਅੱਜ ਬਹੁਤ ਖੁਸ਼ ਹਾਂ ਕਿਉਂਕਿ ਮੈਂ ਅੱਜ ਆਪਣਾ ਕੈਨੇਡਾ ਦਾ ਸਟੱਡੀ ਵੀਜ਼ਾ ਹਾਸਲ ਕੀਤਾ ਵਿਦ ਦੀ ਹੈਲਪ ਆਫ ਓਮ ਗਲੋਬਲ ਟੀਮ। ਆਈ ਐਮ ਵੈਰੀ ਥੈਂਕਫੁਲ ਟੂ ਆਲ ਓਮ ਗਲੋਬਲ ਟੀਮ। ਐਂਡ ਮੈਂ ਆਪਣੀ 10th 2016 ਚ ਪਾਸ ਆਊਟ ਕੀਤੀ, ਐਂਡ ਮੈਂ ਆਪਣੀ 12th 2019 ਪਾਸ ਆਊਟ ਕੀਤੀ। ਦੈਨ ਮੈਂ ਪੀਟੀ ਕੀਤੀ, ਪੀਟੀ ਜੋ ਮੇਰੇ ਓਵਰਆਲ ਸਕੋਰ 64 ਸੀ। ਐਂਡ ਨਾਓ ਆਈ ਗੈਟ ਮਾਈ ਕੈਨੇਡਾ ਸਟੱਡੀ ਵੀਜ਼ਾ ਵਿਦ ਦੀ ਹੈਲਪ ਆਫ ਓਮ ਗਲੋਬਲ ਟੀਮ। ਆਈ ਐਮ ਵੈਰੀ ਥੈਂਕਫੁਲ। ਸਿਮਰਨ ਨੇ ਆਪਣਾ ਇੰਟਰੋਡਕਸ਼ਨ ਪਾਰਟ ਕੰਪਲੀਟ ਕੀਤਾ। ਮੈਂ ਚਾਹੁੰਦਾ ਥੋੜ੍ਹਾ ਇਹਨਾਂ ਦੇ ਪੇਰੈਂਟਸ ਤੋਂ ਵੀ ਪੁੱਛਿਆ ਜਾਵੇ, ਜਿਹੜੀ ਇਹ ਜਰਨੀ ਰਹੀ ਹੈ, ਇਸ ਜਰਨੀ ਵਿੱਚ ਇਹਨਾਂ ਨੇ ਕਿਸ ਤਰ੍ਹਾਂ ਦੀ ਪ੍ਰੋਬਲਮਸ ਨੂੰ ਫੇਸ ਕੀਤਾ। ਠੀਕ ਹੈ ਸਰ, ਪਲੀਜ਼ ਥੋੜ੍ਹਾ ਜਿਹਾ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਹੈ ਓਮ ਗਲੋਬਲ ਵਾਲਿਆਂ ਦਾ ਜੀ। ਅਸੀਂ ਬਹੁਤ ਤਬੀਅਤ ਖਰਾਬ ਕਰ ਚੁੱਕੇ ਸੀ, 10 ਲੱਖ ਰੁਪਏ ਲਿਆ ਗਏ ਸੀ ਜੀ। ਸਾਨੂੰ ਓਮ ਗਲੋਬਲ ਦਾ ਨੈਟਵਰਕ ਦਿੱਤਾ ਗਿਆ ਜੀ, ਇਹਨਾਂ ਕੋਲ ਆਏ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ। ਮੈਡਮ ਜੀ ਦਾ ਸਰ ਜੀ ਬਹੁਤ ਧੰਨਵਾਦ ਹੈ, ਬਹੁਤ ਵਧੀਆ ਜੀ ਓਮ ਗਲੋਬਲ। ਜਿਹੜਾ ਸਿਮਰਨ ਹੈ, ਸਿਮਰਨ ਨੇ 2019 ਤੋਂ ਬਾਅਦ ਗੈਪ ਸੀ ਸਿਰਫ, ਔਰ ਇਹ 4 ਵਾਰ ਰਿਫਿਊਜ਼ ਸੀ। ਸਿਮਰਨ 4 ਵਾਰ ਰਿਫਿਊਜ਼ ਸੀ। ਤਾਂ ਬੇਸਿਕਲੀ ਸਭ ਤੋਂ ਇੰਪੋਰਟੈਂਟ ਪਾਰਟ ਕੀ ਔਰ ਲੈਸਨ ਕੀ ਹੈ ਕਿ ਬੱਚੇ ਦਾ ਜਿਹੜਾ ਆਫਰ ਲੈਟਰ ਹੈ ਉਸਦੇ ਉੱਤੇ ਜੋ ਡੈਜ਼ੀਗਨੇਸ਼ਨ ਮੈਂਸ਼ਨ ਕੀਤੀ ਗਈ ਸੀਗੀ ਉਹ ਸੀਗੀ ਰਿਸੈਪਸ਼ਨਿਸਟ, ਅਤੇ ਐਕਸਪੀਰੀਅੰਸ ਲੈਟਰ ਦੇ ਉੱਤੇ ਸੋਫਟਵੇਅਰ ਡਿਵੈਲਪਮੈਂਟ ਲਿਖਿਆ ਹੋਇਆ ਸੀ। ਜਦੋਂ ਮੇਰੇ ਕੋਲ ਕੇਸ ਲੈ ਕੇ ਆਈ, ਮੈਨੂੰ ਲੱਗਿਆ ਬੈਨ ਹੈ ਕੁੜੀ, ਬਟ ਲਕਲੀ ਇਹ ਕੁੜੀ ਬੈਨ ਨਹੀਂ ਸੀਗੀ। ਤਾਂ ਚਲੋ, ਮੈਨੂੰ ਓਮ ਗਲੋਬਲ ਦੀ ਟੀਮ ਨੇ ਜੋ ਹੈ ਵੀਜ਼ਾ ਪ੍ਰੋਵਾਈਡ ਕੀਤਾ। ਸਾਰੇ ਜਿੰਨੇ ਵੀ ਵਿਊਅਰਸ ਦੇ ਵੀਡੀਓਜ਼ ਦੇਖ ਰਹੇ ਆ, ਉਹਨਾਂ ਨੂੰ ਰਿਕੁਐਸਟ ਹੈ, ਜਦੋਂ ਵੀ ਤੁਸੀਂ ਆਪਣੇ ਏਜੰਟ ਨੂੰ ਚੂਜ਼ ਕਰਨਾ ਹੈ, ਉਹਦਾ ਚੋਣ ਕਰਨਾ, ਬੜਾ ਸੋਚ ਸਮਝ ਕੇ ਕਰੋ। ਦੇਖੋ ਉਹ ਇੱਕ ਸੇਲਸਮੈਨ ਹੈ ਜਾਂ ਉਹ ਕਰੀਅਰ ਕਾਉਂਸਲਰ ਹੈ, ਤਾਂ ਕਿ ਉਹ ਕਿਸੇ ਬੱਚੇ ਦਾ ਜਿਹੜਾ ਭਵਿੱਖ ਖਰਾਬ ਨਾ ਕਰੇ। ਥੈਂਕ ਯੂ ਐਵਰੀਵਨ।